ਦੋਸਤੋ ਕੱਲ ਪਲੱਸ 1 ਵਾਲਿਆਂ ਦਾ ਯਾਨੀ ਕਿ 11ਵੀਂ ਜਮਾਤ ਵਾਲਿਆਂ ਦਾ ਸਵਾਗਤ ਜ਼ਿੰਦਗੀ ਦਾ ਪ੍ਰੀ ਬੋਰਡ ਦਾ ਪੇਪਰ ਆ ਠੀਕ ਹੈ ਜੀ ਤੇ ਦੋਸਤੋ ਜਿਹਨੂੰ ਆਪਾਂ ਵੈਲਕਮ ਲਾਈਫ ਵੀ ਕੰਨੇ ਆ ਤਾਂ ਦੋਸਤੋ ਇਹ ਮੇਰੇ ਕੋਲ ਕੁਐਸਚਨ ਬੈਂਕ ਆ ਠੀਕ ਹੈ ਜੀ ਜਿਹਦੇ ਵਿੱਚ ਇੰਪੋਰਟੈਂਟ ਇੰਪੋਰਟੈਂਟ ਕੁਐਸਚਨ ਨੇ ਠੀਕ ਹੈ ਜੀ ਤੇ ਉਹਨਾਂ ਦੇ ਸੋਲੂਸ਼ਨ ਵੀ ਆ ਠੀਕ ਹੈ ਜੀ ਨਿੱਜੀ ਕਦਰਾਂ ਕੀਮਤਾਂ ਠੀਕ ਹੈ ਜੀ ਉਹਨਾਂ ਦੇ ਉਪ ਵਿਸ਼ਾ ਦੇ ਜਿਹੜੇ ਕੁਐਸਚਨ ਆਨਸਰ ਨੇ ਠੀਕ ਹੈ ਜੀ ਤੇ ਇਮਾਨਦਾਰੀ ਠੀਕ ਹੈ ਜੀ ਤਾਂ ਦੋਸਤੋ ਇਹ ਦੇਖ ਸਕਦੇ ਹੋ ਦੋਸਤੋ ਸਾਰੇ ਕੁਸ਼ਨ ਨੇ ਠੀਕ ਹੈ ਜੀ 11ਵੀਂ ਵਾਲਿਆਂ ਦੇ ਠੀਕ ਹੈ ਜੀ ਤੇ ਟੁਕਵੇ ਸ਼ਬਦ ਲਿਖੋ ਠੀਕ ਹੈ ਜੀ ਤੇ ਮਿਲਾਨ ਕਰੋ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਦੋਸਤੋ ਇਹ ਸਾਰੇ ਇੰਪੋਰਟੈਂਟ ਕੁਸ਼ਨ ਦਿੱਤੇ ਹੋਏ ਨੇ ਵਿਦ ਸੋਲੂਸ਼ਨ ਠੀਕ ਹੈ ਜੀ ਆਹ ਦੇਖ ਸਕਦੇ ਹੋ ਇਹਨਾਂ ਦੇ ਆਨਸਰ ਵੀ ਇੱਥੇ ਲਿਖੇ ਹੋਏ ਨੇ ਠੀਕ ਹੈ ਜੀ ਉੱਪਰ ਕੁਸ਼ਨ ਨੇ ਤੇ ਥੱਲੇ ਆਪਣੇ ਅਹ ਅਨਸਰ ਦਿੱਤੇ ਹੋਇਆ ਠੀਕ ਹੈ ਜੀ ਡਾਊਟ ਨਾਟ ਬੱਚਿਓ ਅਗਰ ਕਿਸੇ ਵੀ ਸਵਾਲ ਤੇ اٹਕ ਰਹੇ ਹੋ ਜਾਂ ਫਿਰ ਕੋਈ ਵੀ ਕੁਸ਼ਨ ਦਾ ਜਵਾਬ ਨਹੀਂ ਨਿਕਲ ਰਿਹਾ ਹੈ ਤਾਂ ਫੋਟੋ ਕਲਿੱਕ ਕਰੋ ਉਸ ਕੁਸ਼ਨ ਦੀ ਤੇ ਕ੍ਰੋਪ ਕਰੋ ਤੇ 5 ਸਕਿੰਟਾਂ ਦੇ ਅੰਦਰ ਉਸ ਦਾ ਵੀਡੀਓ ਸੋਲੂਸ਼ਨ ਪਾਓ ਚਾਹੇ ਤੁਹਾਡਾ ਕੁਸ਼ਨ ਸਬੰਧਤ ਹੋਵੇ ਹੋਮਵਰਕ ਦੇ ਨਾਲ ਜਾਂ ਫਿਰ CBSE UP ਬਿਹਾਰ ਮਹਾਰਾਸ਼ਟਰ ਰਾਜਸਥਾਨ MP ਜਾਂ ਫਿਰ ਕਿਸੇ ਵੀ ਸਟੇਟ ਬੋਰਡ ਜਾਂ ਫਿਰ IIT JEE NEET ਛੇਵੀਂ ਤੋਂ 12ਵੀਂ ਦੇ ਹਰ ਸਵਾਲਾਂ ਦਾ ਜਵਾਬ ਡਾਊਟਨਟ ਜਾਂ ਫਿਰ ਕੋਈ ਵੀ ਸਬਜੈਕਟ ਫਿਜ਼ਿਕਸ ਕੈਮਿਸਟਰੀ ਮੈਥ ਬਾਇਓਲੋਜੀ ਹਰ ਸਵਾਲਾਂ ਦਾ ਜਵਾਬ ਹੋਵੇਗਾ ਡਾਊਟਨਟ ਤੇ ਤੇ ਇਥੇ ਨਾਲ ਹੀ ਚੱਲ ਰਹੀ ਹੈ ਨੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਇੰਗਲਿਸ਼ ਅਤੇ ਹਿੰਦੀ ਮੀਡੀਅਮ ਦੇ ਵਿੱਚ ਲਾਈਵ ਕਲਾਸਾਂ ਯਾਨੀ ਕਿ ਹੁਣ ਸਾਰੀ ਪੜਾਈ ਹੋਵੇਗੀ ਡਾਊਟਨਟ ਤੇ ਤੇ 3 ਕਰੋੜ ਤੋਂ ਜ਼ਿਆਦਾ ਤੱਕ ਦੇ ਵਿਦਿਆਰਥੀ ਕਰ ਰਹੇ ਨੇ ਪੜਾਈ ਆਪਣੀ ਡਾਊਟਨਟ ਤੋਂ ਠੀਕ ਹੈ ਤੁਸੀਂ ਵੀ ਜਾਓ ਇਸ ਨੂੰ ਇੰਸਟਾਲ ਕਰੋ ਲਿੰਕ ਇਨ ਡਿਸਕ੍ਰਿਪਸ਼ਨ ਇਸੇ ਤਰ੍ਹਾਂ ਦੋਸਤੋ ਇਹ ਤੁਹਾਡੇ ਸਾਰੇ ਦਿੱਤੇ ਹੋਏ ਨੇ ਇੰਪੋਰਟੈਂਟ ਇੰਪੋਰਟੈਂ ਕਰ ਲੈਣਾ ਵਾ ਠੀਕ ਹੈ ਜੀ ਤਾਂ ਦੋਸਤੋ ਇਹ ਪੀਡੀਐਫ ਫਾਈਲ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਦੇਖਣ ਨੂੰ ਮਿਲ ਜੇਗੀ ਉੱਥੇ ਅਸੀਂ ਪਾਇਆ ਹੋਇਆ ਵਾ ਉਹਨੂੰ ਤੁਸੀਂ ਆਪਣੇ ਟੈਲੀਗ੍ਰam ਜੁਆ ਆਪਣਾ ਜਿਹੜਾ ਚੈਨਲ ਆ ਮੈਮੋਰੀਅਲ ਜਨਰੇਸ਼ਨ ਟੈਲੀਗ੍ਰam ਦਾ ਉੱਥੇ ਜੁਆਇਨ ਕਰੋ ਜਿਵੇਂ ਕਿ ਤੁਹਾਡੇ ਸਕਰੀਨ ਤੇ ਦਿਖ ਰਿਹਾ ਵਾ ਠੀਕ ਹੈ ਜੀ ਸਰਚ ਕਰਨਾ ਵਾ ਮੈਮੋਰੀਅਲ ਜਨਰੇਸ਼ਨ ਠੀਕ ਹੈ ਜੀ ਤੇ ਦੋਸਤੋ ਫਿਰ ਤੁਸੀਂ ਉਸ ਨੂੰ ਜੁਆਇਨ ਕਰਕੇ ਤੁਹਾਨੂੰ ਪੀਡੀਐਫ ਫਾਈਲ ਤੁਹਾਡੇ ਸਕਰੀਨ ਤੇ ਸ਼ੋ ਹੋ ਜੇਗੀ ਤੁਸੀਂ ਦੇਖ ਲਓਗੇ ਤੇ ਡਾਊਨਲੋਡ ਕਰ ਲਿਓ ਠੀਕ ਹੈ ਜੀ ਬਾਕੀ ਮੈਂ ਆਪਣੇ ਜਿਹੜਾ ਆਪਣੇ ਟੈਲੀਗ੍ਰam ਦਾ ਚੈਨਲ ਠ ਠੀਕ ਹੈ ਜੀ ਤਾਂ ਦੋਸਤੋ ਇਹੀ ਸੀਗਾ ਤੁਹਾਡੀ 11ਵੀਂ ਜਮਾਤ ਦਾ ਪੇਪਰ ਆ ਕੱਲ ਇਥੋਂ ਤੁਸੀਂ ਆਪਣੀ ਰਿਵਾਈਜ਼ ਕਰ ਲਓ ਇਹ 33 ਪੇਜਾਂ ਦੀ ਪੀਡੀਐਫ ਫਾਈਲ ਹੈ ਠੀਕ ਹੈ ਜੀ ਤਾਂ ਦੋਸਤੋ ਇਥੋਂ ਤੁਹਾਡੀ ਬਹੁਤ ਵਧੀਆ ਤਿਆਰੀ ਹੋ ਜਾਣੀ ਆ 11ਵੀਂ ਕਲਾਸ ਵਾਲਿਆਂ ਦੀ ਬਾਕੀ ਤੁਸੀਂ ਜਿਵੇਂ ਕਿ ਇੱਥੇ ਵੀ ਦੇਖ ਹੀ ਰਹੇ ਹੋ ਠੀਕ ਹੈ ਜੀ ਬਾਕੀ ਤੁਸੀਂ ਇਕ ਡਾਊਨਲੋਡ ਕਰਨਾ ਬਤਾਉtheta ਡਾਊਨਲੋਡ ਕਰ ਸਕਦੇ